ਚਲੋ ਪੜੋ ਭਾਈ ਚੌਧਰੀ ਮੈਂ ਰਸਲਮ ਸਾਹਿਬ ਚਲੋ ਜਿੰਨਾ ਦਿਲ ਲਾ ਲਿਆ। ਅਸਲਾਮ ਵਾਲੇਕਮ, ਵੈਲਕਮ ਬੈਕ ਟੂ ਮਾਈ ਨਿਊ ਵਲੋਗ। ਅਗਰ ਅਭੀ ਤੱਕ ਆਪਨੇ ਮੇਰਾ ਯੂਟਿਊਬ ਚੈਨਲ ਪੀਕੇ ਡੈਂਬੋ ਵਲੋਗਰ ਕੇ ਨਾਮ ਤੇ ਸਬਸਕ੍ਰਾਈਬ ਨਹੀਂ ਕੀਆ ਤੋ ਕਰ ਦਿਓ। ਆਜ ਯਾਨੀ ਕਿ ਅੱਜ ਮੈਂ ਬਈ ਹੈਦਰ ਸਨੈਣ ਅਸੀਂ ਸਾਡੇ ਮੁੰਡੇ ਜਿਹੜੇ ਆ ਨਾ ਕਰਨ ਲੱਗੇ ਹਾਂ ਬਾੜਗਾ ਦੀ ਸਫਾਈ। ਠੀਕ ਹੈ, ਬਾੜਗਾ ਕਾਫੀ ਗੰਦਾ ਹੋਇਆ ਹੈ, ਬਾਰਿਸ਼ਾਂ ਕਾਫੀ ਜ਼ਿਆਦਾ ਹੋਈਆਂ ਨੇ, ਹਨੇਰੀ ਆ ਰਹੀਆਂ ਅਤੇ ਉਹਦੀ ਵਜ੍ਹਾ ਤੋਂ ਘੱਟਾਂ ਵਿੱਚ ਗਈ ਨਾ ਉਹ ਅੰਦਰ ਆ ਗਈ ਹੈ। ਅਤੇ ਹੁਣ ਅੱਲਾ ਖੈਰ ਕੀਤਾ, ਅਸੀਂ ਕਰਨ ਲੱਗੇ ਹਾਂ ਬਾੜਗਾ ਹੀ ਸਫਾਈ, ਸਹੀ ਹੋ ਗਿਆ। ਅਤੇ ਹੁਣ ਤੁਹਾਨੂੰ ਬੁਲਾਉਂਦੇ ਹਾਂ ਬਈ ਹੈਦਰ ਦੇ ਨਾਲ, ਉਹਨਾਂ ਨੇ ਤਾਂ ਪਾਈ ਹੈ ਕੈਪ। ਠੀਕ ਹੈ, ਅਤੇ ਉਹ ਬੇਸ਼ੱਕ ਧੁੱਪ 'ਚ ਖਲੋਤੇ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਠੀਕ ਹੈ, ਪਰਵਾਹ ਤਾਂ ਸਾਨੂੰ ਹੈ ਨਾ, ਜਿਨ੍ਹਾਂ ਨੇ ਟੋਪੀਆਂ ਵੀ ਨਹੀਂ ਪਾਈਆਂ ਤਾਂ ਧੁੱਪੇ ਜਾਣਾ। ਸਲਾਮ ਅਲੈਕੁਮ ਬਰਸ਼ੀਦ, ਵਾਲਿਕਮ। ਇਹ ਭਾਜੀ ਛਾਵੇਂ ਖੋਤਾ ਹੈ, ਉਹਨਾਂ ਦਾ ਸੁਭਾਅ ਸੁੱਤਾ, ਹੁਣ ਇਹ ਮਠਾ ਕੇ ਲਿਆਂਦਾ। ਠੀਕ ਹੈ, ਤੂੰ ਆ ਇੱਕ ਵਾਰੀ ਆਖਿਆ ਮਾਰ ਗਈ ਤਾਂ ਹੁਣ ਕਹਿ ਰਿਹਾ ਧੁੱਪ ਬੜੀ ਹੈ। ਮੈਂ ਤਾਂ ਉਂਝ ਇਹਦਾ ਗਿਆ ਹਾਂ ਜਿਹੜਾ ਕੈਪ ਪਾਈ। ਅੱਛਾ ਜੀ, ਮਾਰਖੋਰ ਮਾਰਖੋਰ ਓਰੀਜਨਲ ਹੈ? ਓਰੀਜਨਲ ਕਿਨੇ ਦੀ ਆਈ ਇਹ ਗਿਫਟ ਮਿਲਿਆ ਹੈ? ਇਹ ਕਿਤੇ ਮਾਨੋ ਤਾਂ ਨਹੀਂ ਆਈ? ਨਹੀਂ ਨਹੀਂ, ਮਾਨੋ ਨਹੀਂ ਆਈ ਭਾਜੀ, ਇਹ ਗਿਫਟ ਸਾਨੂੰ ਮਿਲਿਆ ਹੈ। ਮੈਨੂੰ ਪਤਾ ਲੱਗਾ ਤੁਸੀਂ ਥਨ ਮਿਲ ਬੜੇ ਬੜੇ ਵਧੀਆ ਬਣਾਉਂਦੇ ਹੋ ਕਿ ਸਾਨੂੰ ਵੀ ਬਣਾ ਕੇ ਦਿਓ। ਉਹ ਜਿਹੜਾ ਵਿਆਹ ਨਵਾਂ ਚਾਲਾ ਮਾਮੇ ਘਨੋ ਦੇ ਨਾ ਕੁੱਕੜ ਚੁੱਕ ਕੇ ਖਾਸੜੇ ਨੇ ਚੋਰੀ। ਠੀਕ ਹੈ, ਸਾਰੇ ਸੁਣੋ ਜਿਹੜੇ ਵਹਿੰਦੇ ਪਏ ਤਸਦੀਕ ਕਰਨੀ ਜੇ ਮਾਮੇ ਨੇ ਬਹੁਤ ਗੁੱਸੇ ਸਨ। ਕਲੋ ਉਹ ਬੰਦੇ ਫੜ ਕੇ ਜਿੰਨੇ ਕੀਤੇ ਨੇ ਜਿੰਨਾ ਪਹਿਲਾਂ ਬੰਦਿਆਂ ਜਿੰਨਾ ਚੁੱਕੇ ਹਨ ਕੁੱਕੜ ਉਹਨਾਂ ਮੇਰੇ ਅੱਗੇ ਆਪ ਮੰਨਿਆ। ਅੱਛਾ, ਜੇ ਮਾਮੇ ਘਨੂ ਦੇ ਮੁੰਡੇ ਜਾਂ ਕੋਈ ਉਹਨਾਂ ਰਿਸ਼ਤੇਦਾਰ ਰਹਿੰਦਾ ਤਾਂ ਮੈਨੂੰ ਪੁੱਛ ਸਕਦਾ, ਮੈਂ ਬੰਦਿਆਂ ਨੂੰ ਨਾਂ ਲੈਣਾ ਪਰਚਾ ਉਹਨਾਂ ਨੂੰ ਪਤਾ। ਠੀਕ ਹੋ ਗਿਆ, ਮਾਂਜੇ ਸਾਨੂੰ ਫੜਾ ਤੇ ਗਏ ਨੇ, ਐ ਆਪਣਾ ਮਾਂਜਾ ਐ ਤੇਰੀ ਖੈਰ। ਅਤੇ ਇਹ ਬਾੜਗਾ ਦੀ ਇਹੀ ਕਰਨ ਲੱਗੇ ਹਾਂ ਸਫਾਈ। ਠੀਕ ਹੈ, ਸਵਾਬ ਏ ਕਰਨੀ ਚਾਹੀਦੀ ਹੈ। ਇਹ ਕਈਆਂ ਲੋਕਾਂ ਨੂੰ ਨਹੀਂ ਨਾ ਪਤਾ ਬਾੜਗਾ ਦੀ ਸਫਾਈ ਕਰੀਏ ਤਾਂ ਕਿੰਨਾ ਸਵਾਬ ਲੱਭਦਾ, ਇਹਦਾ ਅਜਰ ਬਹੁਤ ਜ਼ਿਆਦਾ। ਹਾਂਜੀ, ਇਹਦੇ ਵਿੱਚ ਬੱਚੇ ਨੇ ਆਂਡੇ ਨੇ ਹੋਣੇ ਮੇਰੇ ਖਿਆਲ ਦੇ ਨਾਲ। ਇੱਕ ਮਾਂਜਾ ਉਹ ਪਿਆ ਫੜੋ ਯਾਰ, ਇਹ ਧੋਣ ਧੋਣਾ ਵੀ ਚੱਲ ਠੀਕ। ਓਕੇ ਜੀ, ਚਲੋ ਇਹ ਸ਼ੁਰੂ ਹੋਣ ਲੱਗੇ ਰਹੇ ਆਪਾਂ। ਬਿਸਮਿਲਲਾਹ, ਚਲੋ ਜੀ ਬਿਸਮਿਲਲਾਹ, ਚੱਲ ਬਾਈ ਲਓ ਜੀ। ਮਾਂਜੇ ਸਾਂਜੇ ਪਿੜਦੇ ਸ਼ੁਰੂ ਹੋ ਗਏ ਨੇ, ਇਹਨੂੰ ਆਉਂਦੇ ਨੇ ਸਫਾਈ ਵਾਲੇ ਬੰਦੇ। ਠੀਕ ਹੋ ਗਿਆ, ਇਹ ਸਾਰੇ ਹੈਲਪਰ ਦੇ ਨਾਲ। ਠੀਕ ਹੈ,
ਮਾਸ਼ਾਅੱਲਾ ਜੀ ਮਾਸ਼ਾਅੱਲਾ। ਹੁਣ ਆਪਾਂ ਵੀ ਸਫਾਈ ਕਰਦੇ ਹਾਂ ਅਤੇ ਤੁਹਾਨੂੰ ਸਫਾਈ ਕਰਨ ਦੇ ਬਾਅਦ ਮਿਲੀ ਮਾਸ਼ਾਅੱਲਾ। ਇਸ ਸਾਈਡ ਦੀ ਸਫਾਈ ਹੋ ਗਈ ਹੈ, ਠੀਕ ਹੈ। ਸਾਨੂੰ ਪਏ ਸੀ ਕਿ ਕੀ ਨਾਲ ਪੂਰਾ ਮਾਂ ਬੜੇਗਾ ਧੋਵੇਂ, ਇਹ ਆਪਾਂ ਧੋਣਾ ਬਾਅਦ ਹੋ, ਕਿਉਂਕਿ ਅੱਜ ਖਤਮ ਹੈ। ਖਤਮ ਦੇ ਬਾਅਦ ਪਹਿਲਾਂ ਮਹਿਲਾ ਅਤੇ ਫਿਰ ਖਤਮ ਹੈ, ਠੀਕ ਹੈ। ਪਰ ਸੱਟ ਵੀ ਲੱਗ ਰਿਹਾ, ਸਹੀ ਹੋ ਗਿਆ ਨਾ। ਇੱਥੇ ਮਹਿਲਾ ਸੋਣੀ ਹੈ, ਸਟੇਜ ਲੱਗ ਗਿਆ, ਅੱਧੇ ਹਿੱਸੇ ਦੀਆਂ ਸਫਾਈ ਕਰ ਛੱਡੀਏ ਅਤੇ ਅੱਧਾ ਜੇ ਰਹਿਣਾ ਆਇਆ ਫਿਰ ਕਰਨਾ। ਮਾਸ਼ਾਅੱਲਾ ਬਾਈ ਆਦਰ ਜਿਹੜੇ ਨੇ ਲੱਗੇ ਨੇ ਕੰਮ ਕਰਵਾ ਰਹੇ ਨੇ, ਵੇਖੋ ਸਭ ਆਪਣੇ ਸ਼ੌਕ ਦੇ ਨਾਲ ਕਰ ਰਹੇ ਨੇ, ਆਪਣੀ ਮਰਜ਼ੀ ਦੇ ਨਾਲ, ਠੀਕ ਹੋ ਗਿਆ। ਅਤੇ ਹੁਣ ਇੱਥੇ ਪਾਉਣ ਦਾ ਟਾਈਮ ਆ ਗਿਆ, ਕਲੀਨ ਕਲੀਨ ਪਾਉਣੇ ਨੇ ਅਤੇ ਫਿਰ ਖਤਮ। ਪਹਿਲਾਂ ਮਹਿਲਾ ਸੋਣੀ, ਫਿਰ ਖਤਮ ਹੋਣਾ, ਫਿਰ ਸ਼ਾਮ ਨੂੰ ਇੱਕ ਮੌਲੀ ਫਿਰ ਦਰਸ ਦੇਣਾ, ਜੁਮੇੜਾ ਦਿੱਤੇ ਨੇ, ਠੀਕ ਹੋ ਗਿਆ। ਅਤੇ ਇਹ ਬਾਹਰ ਅੱਜ ਮੌਸਮ ਵੀ ਚੰਗਾ ਆ ਵੀ ਹੈ, ਧੁੱਪ ਛੁੱਪ ਲੱਗੀ ਹੈ ਅਤੇ ਜ਼ਾਹਰ ਹੈ ਫਿਰ ਬਾਰਿਸ਼ ਤਾਂ ਤੁਸੀਂ ਵੇਖ ਲਈ ਹੈ। ਤੂਫਾਨੀ ਜਿਹੜੀ ਹੋਈ ਸੀ ਇੱਥੇ, ਵਾਹ ਐਡੀ ਤੇਜ਼ ਸੀ ਜਿਹਦਾ ਕੋਈ ਹਿਸਾਬ ਨਹੀਂ। ਵਾਲੇ ਮਾਮਾ, ਚਲੋ ਕੋਈ ਕਸੀਦਾ ਪੜੋ। ਚਲੋ ਪੜੋ ਕੋਈ, ਜੋ ਮਾਂ ਵੀ ਪੜ੍ਹਦੇ ਥੇ ਵੋ ਪੜੋ। ਮਾਂ ਜੀ ਹਾਂ ਬੜੀ ਦੇਰ ਦਾਖਲੀ ਕੀਤੀ ਹੈ, ਦਾਖਲੀ ਕੀਤੀ ਹੈ, ਨੌਜਵਾਨੀ ਜ਼ਿਆਦਾ ਕੀਤੀ ਹੈ ਨਾਜ਼ਰੀਨ। ਅੱਛਾ ਜੀ, ਮਾਂ ਨੇ ਹਮਨੇ ਨੌਜਵਾਨੀ ਕੀ। ਅੱਛਾ ਜੀ, ਯਾਨੀ ਨਹੀਂ ਪੜੇ, ਠੀਕ ਹੋ ਗਿਆ। ਲੋ ਜੀ ਇਹ ਸਫਾਈ ਹੋ ਗਈ, ਹੁਣ ਕਲੀਨ ਪਾਉਂਦੇ ਆ ਫਿਰ ਧੋਣ ਪਏ। ਉਹ ਜੀ ਇਹ ਵੇਖੋ, ਸਾਰੇ ਮੁੰਡੇ ਲੱਗੇ ਨੇ ਆਪਣੀ ਆਪਣੀ ਮਿਹਨਤ ਦੇ ਨਾਲ, ਮਾਸ਼ਾਅੱਲਾ। ਇਹ ਸਾਡੇ ਕੋਚ ਸਾਹਿਬ ਨੇ, ਯਾਨੀ ਕਿ ਮੁਖਤਾਰ ਫੋਰਸ ਦੇ ਸਦਰ, ਠੀਕ ਹੈ। ਅਤੇ ਇਹ ਆਪਾਂ ਆਪਣੇ ਕੱਟੀ ਹੈ, ਮੇਰਾ ਕੰਮ ਇਹ ਆ ਮਿੱਟੀ ਚੁੱਕਣ 'ਤੇ, ਠੀਕ ਹੈ। ਮਿੱਟੀ ਦੀਆਂ ਢੇਰੀਆਂ ਆਪਾਂ ਚੁੱਕਣੀਆਂ, ਸਹੀ ਹੋ ਗਿਆ। ਇਹ ਆਪਣੇ ਮੁਗਲ ਸਾਹਿਬ ਨੇ, ਇਹ ਫੱਜੂ, ਇਹ ਬਾਈ ਆਦਰ, ਇਹ ਮੈਂ, ਉਹ ਸਾਹਮਣੇ ਚਾਚੂ ਅੰਮ੍ਰਿਤ ਖਲੋਤੇ ਨੇ, ਠੀਕ ਹੋ ਗਿਆ। ਅਸਲਮ, ਆਹ ਬਾਂਬ ਵੜ ਗਿਆ। ਠੀਕ ਹੋ ਗਿਆ। ਆਪਕੇ ਸਾਹਮਣੇ ਸੈਯਦ ਫੋਰਬਾਜ਼ ਕਾਜ਼ਮੀ ਸਾਹਿਬ ਅਤਾ ਫਰਮਾਏਂਗੇ ਉਨਕੇ ਫੌਰਨ ਬਾਅਦ। ਜਨਾਬ ਚੌਧਰੀ ਮੁਹੰਮਦ ਅਸਲਮ, ਚੌਧਰੀ ਮੈਰ ਅਸਲਮ ਸਾਹਿਬ ਅਤਾ ਫਰਮਾਏਂਗੇ, ਜੋ ਕੁਝ ਵੀ ਨਹੀਂ ਕਰੇਂਗੇ। ਮੈਂ ਮੁਹੰਮਦ ਅਸਲਮ ਸ਼ਹਿਜ਼ਾਦਾ, ਵੈਸੇ ਹੀ ਨਕਾਬਤ ਕਰੇਂਗੇ। ਲੋ ਜੀ, ਜਿੰਨਾ ਮੌਲਾ ਅਲੀ ਦੇ ਨਾਲ ਦਿਲ ਲਾ ਲਿਆ ਏ, ਭਾਵੇਂ ਹੋਵੇ ਹਾਜੀ ਨਮਾਜ਼ੀ, ਅਹਲੇ ਬੈਤ ਨੂੰ ਨਾ ਮੰਨਦੇ ਉਹਦੇ ਅਮਲਾ ਦੀ ਬੇੜੀ ਕਦੀ ਲੱਗ ਸੀ ਨਾ ਬੰਨੇ, ਇਹਨੂੰ ਭੁੱਲ ਗਿਆ ਰੇ। ਮਾਸ਼ਾਅੱਲਾ, ਕਲੀਨ ਵੀ ਪੈਣੇ ਸ਼ੁਰੂ ਹੋ ਗਏ ਨੇ, ਕਲੀਨਾਂ ਤੋਂ ਸਫਾਈ ਵੀ ਹੋਣੀ ਸ਼ੁਰੂ ਹੋ ਗਈ ਹੈ, ਆਹ ਸਪੀਕਰ ਲੱਗ ਰਹੇ ਨੇ। ਇਹ ਮੇਰਾ ਅੰਮ੍ਰਿਤਸਰ ਸੁਨੈਣ ਸ਼ਾਹ, ਇਹ ਸੈਟਿੰਗ ਕਰ ਰਹੇ ਕਿਉਂਕਿ ਇਹ ਸੌਣ ਨੂੰ ਜਾਣਦੇ ਆ ਸਜਾ ਦੇ। ਸਫਾਈ ਹੋ ਰਹੀ, ਨਾਲੇ ਕਲੀਨ ਪਾ ਰਹੇ ਆ, ਠੀਕ ਹੋ ਗਏ। ਹਾਂਜੀ ਨਾਜ਼ਰੀਨ, ਮੈਂ ਮਾਂਬਰ ਕਾ ਤੂੰ ਆ ਗਿਆ, ਮੈਨੂੰ ਆਇਆ ਘਰੋਂ ਫੋਨ ਅਤੇ ਮੈਂ ਚੱਲਾਂ ਘਰ, ਠੀਕ ਹੈ। ਅਤੇ ਵਿਹਨੇ ਆ ਘਰ ਦੇ ਕੀ ਆਉਂਦੇ ਨੇ, ਸਹੀ ਹੋ ਗਿਆ।
ਉਸ ਤੋਂ ਬਾਅਦ ਫਿਰ ਵਾਪਸ ਇੱਥੇ ਆਉਣਾ ਇੱਥੇ ਨਾਲੇ ਮਾਈਲਰ ਸੀ ਨਾਲੇ ਖਤਮ ਹੈ ਅਤੇ ਉਸ ਤੋਂ ਬਾਅਦ ਸ਼ਾਮੀ ਇੱਕ ਮੌਲਵੀ ਦਰਸ ਦੇਣ ਹੁੰਦਾ ਹਰ ਜੁੰਮੇ ਰਾਤ ਸਾਰਿਆਂ ਸਾਰਿਆਂ ਬੰਦਿਆਂ ਅਤੇ ਗੁਜ਼ਾਰਿਸ਼ ਹੈ ਜਿਹੜੇ ਸ਼ਾਹਕੋਟ ਦੇ ਨੇ ਆਪਣੀਆਂ ਆਪਣੀਆਂ ਬੱਚੀਆਂ ਨੂੰ ਹਰ ਜੁੰਮੇ ਰਾਤ ਇੱਥੇ ਘੱਲਿਆ ਕਰੋ ਠੀਕ ਹੈ ਉਹਨਾਂ ਨੂੰ ਵੀ ਪਤਾ ਲੱਗੇ ਦੀਨ ਦੀ ਤਲੀਮ ਠੀਕ ਹੋ ਗਿਆ ਆਪਾਂ ਚੱਲੇ ਹਾਂ ਅਤੇ ਵਹਿੰਦੇ ਹਾਂ ਹੁਣ ਫਿਰ ਕੀ ਕਹਿੰਦੇ ਨੇ ਕੁਝ ਨਾਜ਼ਰੀ ਨੇ ਘਰ ਦੇ ਰੱਖ ਵੀ ਨਹੀਂ ਆਖਿਆ ਕੋਈ ਨਹੀਂ ਅਤੇ ਆਪਾਂ ਚੱਲੇ ਹਾਂ ਬਾਹਰ ਮਾਰ ਦਿਓ ਵਿੱਚ ਲਿਆ ਕੇ ਠੀਕ ਹੋ ਗਿਆ ਡੋਜ ਨਾਜ਼ਰੀਨ ਮੈਂ ਆ ਗਿਆ ਕਸ਼ ਜਿੰਦਰਾਨ ਦੇ ਕੋਲ ਅਤੇ ਕੰਮ ਘੁੰਮਣ ਸਾਨੂੰ ਕੋਈ ਨਹੀਂ ਅਤੇ ਨਾਗ ਜੀ ਕੀ ਹਾਲ ਹੈ ਸ਼ੇਰਾ ਠੀਕ ਹੋ ਗੋਸ਼ਤ ਕੀ ਦਿਨਾ ਹੋ ਗੋਸ਼ਤ ਸਾਹਿਬ ਨੇ ਕਾਮ ਬੋਲਾ ਥਾ ਵੋ ਆਪ ਉਸਕੋ ਬੋਲਾ ਕੀ ਹੁੰਦਾ ਓਕੇ ਵੇ ਓਕੇ ਡੋਜ ਨਾਜ਼ਰੀਨ ਜਿਹੜਾ ਇਸ ਤੋਂ ਅਗਲਾ ਵਲਾਗ ਆਉਣ ਲੱਗਣਾ ਇਸ ਤੋਂ ਅਗਲਾ ਵਲਾਗ ਤੁਹਾਨੂੰ ਵੇਖਣਾ ਉਹ ਬੜਾ ਲਾਭ ਮਜ਼ੇਦਾਰ ਹੋਣਾ ਜੇ ਹੁਣ ਚੱਲਿਆ ਸਵੀਮਿੰਗ ਪੂਲ ਮੈਂ ਵੱਖਰਾ ਵਲਾਗ ਹੋਏ ਤੇ ਉਹ ਵੱਖਰਾ ਵਲਾਗ ਹੋਏ ਹੁਣ ਮੈਂ ਮੇਰੀ ਸਲਾਹ ਬਣੀ ਹੈ ਇੱਥੇ ਵਲਾਗ ਨੂੰ ਕੱਢਦੇ ਐਂਡ ਮਿਲ ਲਿਆ ਤੁਹਾਨੂੰ ਵੀ ਨਾਲ ਲਾਈਓ ਤਾਂ ਕਬੂਤਰਾਂ ਨੂੰ ਦਾਣਾ ਵੀ ਪਾ ਲਿਆ ਜੇ ਡੈਡੀ ਜਾਨ ਤੁਹਾਡੇ ਲਾਲੇ ਮੁਸਰ ਗਏ ਨੇ ਇਹ ਫੜ ਲਓ ਯਾਰਾ ਕੀ ਫੜਾ ਤਰੇ ਇਸ ਟਾਈਮ ਕੋਈ ਨਾ ਤਰੀ ਰਹੀ ਤੇ ਵਲਾਗ ਨੂੰ ਕਰਦੇ ਆ ਤੇ ਮਿਲਣਾ ਤੁਹਾਨੂੰ ਇੱਕ ਅਗਲੀ ਵੀਡੀਓ ਦੇ ਵਿੱਚ ਕਿ ਤੇਲਾ ਵੀ ਮੈਂ ਛੋਟੀ ਛੋਟੀ ਵੀਡੀਓ ਬਣਾਉਣ ਡਿਆ ਤੁਸੀਂ ਛੋਟੀ ਛੋਟੀ ਵੀਡੀਓ ਵੇਂਦੇ ਹੋ ਪੂਰੀ ਪੂਰੀ ਵੇਂਦੇ ਹੋ ਤਦ ਬਾਅਦ ਮੈਂ ਵੱਡੀ ਵੀਡੀਓ ਇਸ ਵਾਰ ਤੇਰੀ ਬਣਾਉਂਦਾ ਪਿਆ ਤੁਸੀਂ ਫਿਰ ਕਦੀ ਮਾਰ ਜਾਂਦੇ ਹੋ ਵੀਡੀਓ ਤੇ ਵਹਾਓ ਜਦ ਹਨੇਰਾ ਆਇਆ ਸੀ ਉਹ ਮੈਂ ਵਿੱਚ ਲਾਈ ਸੀ ਮੈਂ ਨਹੀਂ ਵੇਖੀ ਲੋਈ ਨਾਜ਼ਰੀਨ ਓਕੇ।